ਪੁਲਿਸ ਕਮਿਸ਼ਨਰ ਸ਼੍ਰੀ ਬੜੇ ਸ਼ਾਕੇ ਦੇਖ ਕੇ ਇਹ ਦਿਹਾੜੇ ਪ੍ਰਾਪਤ ਕੀਤੇ ਨੇ। ਆਜ਼ਾਦੀ ਦਾ ਦਿਹਾੜਾ, ਗਣਤੰਤਰ ਦਿਵਸ ਦਾ ਦਿਹਾੜਾ, ਕੋਨਸਟੀਟਿਊਸ਼ਨ ਨੂੰ ਸੈਲੀਬ੍ਰੇਟ ਕਰ ਰਹੇ, ਔਰ ਇਹ ਸੈਲੀਬ੍ਰੇਸ਼ਨ ਵੀ ਬਹੁਤ ਵੱਡੀ ਗੱਲ ਹੈ, ਕਿਉਂਕਿ ਸਰਵੋੱਚ ਭਾਵਨਾ ਉਹ ਹੁੰਦੀ ਹੈ ਜਿਹੜੀ ਦੇਸ਼ ਲਈ ਜੁੜਦੀ ਹੈ, ਔਰ ਸਾਡੇ ਕੋਨਸਟੀਟਿਊਸ਼ਨ ਦੀ ਜਿਹੜੀ ਸਪਿਰਿਟ ਹੈ ਉਹ ਗੁਰੂਆਂ ਪੀਰਾਂ ਦੀ ਜਿਹੜੀ ਸਦਭਾਵਨਾ ਸੀ, ਨੋ ਡਿਸਕ੍ਰਿਮੀਨੇਸ਼ਨ ਔਨ ਦੀ ਬੇਸਿਸ ਆਫ ਕਾਸਟ, ਕਲਰ ਐਂਡ ਕ੍ਰੀਡ, ਰਿਪਬਲਿਕ, ਲੋਕਾਂ ਦੀ ਸਰਕਾਰ ਲੋਕਾਂ ਦੇ ਵਾਸਤੇ, ਲੋਕਾਂ ਦੀ ਤਾਕਤ ਲੋਕਾਂ ਦੇ ਵਾਸਤੇ, ਇਹ ਸਪਿਰਿਟ ਨੂੰ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ। ਔਰ ਮੇਰੇ ਵਾਸਤੇ ਇਹ ਚੰਗੇ ਭਾਗ ਦੀ ਗੱਲ ਹੈ, ਸਭ ਤੋਂ ਵੱਡੀ ਸਨਮਾਨ ਦੀ ਗੱਲ ਹੈ ਕਿ ਜਿਹੜੀ ਮੇਰੀ ਕਰਮ ਭੂਮੀ ਰਹੀ, ਔਰ ਇਹ ਰੇਅਰ ਓਕੇਜ਼ਨ ਹੁੰਦੀ ਹੈ ਕਿ ਜਿਹੜੇ ਕੰਸਟੀਟਿਊਸ਼ਨ ਦੇ ਵਿੱਚ ਤੁਸੀਂ ਹੁੰਦੇ ਹੋ ਉੱਥੇ ਤੁਹਾਨੂੰ ਆਉਣ ਦਾ ਮੌਕਾ ਮਿਲੇ। ਮੈਂ ਸਮਝਦਾ ਕਿ ਸਾਡੀਆਂ 21 ਪੁਸ਼ਤਾਂ ਦੇ ਵਿੱਚ ਇਹ ਸਭ ਤੋਂ ਵੱਡਾ ਸਨਮਾਨ ਸੀ ਜਿਸ ਪੋਡੀਅਮ ਦੇ ਉੱਤੇ ਮੈਨੂੰ ਖੜਨ ਦਾ ਮੌਕਾ ਮਿਲਿਆ, ਔਰ ਉਹਨਾਂ ਲੋਕਾਂ ਦਾ ਧੰਨਵਾਦ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਨੇ 5-5 ਇਲੈਕਸ਼ਨ ਜਿਤਾ ਕੇ ਸਾਡੇ 'ਤੇ ਭਰੋਸਾ ਕੀਤਾ। ਵਿਸ਼ਵਾਸ ਭਰੋਸਾ ਮਿੱਟੀ ਦੇ ਬਰਤਨ ਵਾਂਗ ਹੁੰਦਾ, ਇੱਕ ਵਾਰ ਟੁੱਟ ਜਾਵੇ ਅਤੇ ਗੂੰਦ ਲਾ ਕੇ 100 ਵਾਰ ਜੁੜੀ ਜਾਓ ਫਿਰ ਉਹ ਜੁੜਦਾ ਨਹੀਂ। ਕਿਸੇ ਵੀ ਰਾਜਨੀਤਿਕ ਪਾਰਟੀ ਦੀ ਨੇਤਾ ਦੀ ਸਭ ਤੋਂ ਵੱਡੀ ਪੂੰਜੀ ਹੁੰਦੀ ਹੈ ਲੋਕਾਂ ਦਾ ਵਿਸ਼ਵਾਸ ਕਿ ਲੋਕ ਉਹਨੂੰ ਕਿਸ ਪੱਧਰ ਦੇ ਉੱਤੇ ਤੋਲਦੇ ਆ। ਇਸ ਕਰਕੇ ਉਹਨਾਂ ਅੰਮ੍ਰਿਤਸਰ ਦੇ ਲੋਕਾਂ ਜਿਨ੍ਹਾਂ ਨੇ ਸਾਡੇ ਲਈ ਅੰਮ੍ਰਿਤ ਬਣ ਕੇ ਕੰਮ ਕੀਤਾ, ਔਰ ਜਿੱਥੇ 125,000 ਲੋਕ ਨੀਵੇਂ ਹੋਣ ਆਉਂਦੇ ਆ, ਮੁਰਾਦਾਂ ਪਾਉਣ ਆਉਂਦੇ ਆ, ਸ਼ੁਕਰਾਨਾ ਕਰਨ ਆਉਂਦੇ ਆ,